ਇਹਨਾਂ ਦੋਨਾਂ ਦੇ ਨਾਲ ਟਾਈਮ ਨਹੀਂ ਸਪੈਂਡ ਕੀਤਾ ਤੇ ਮੈਂ ਇਹਨਾਂ ਦੋਨਾਂ ਨੂੰ ਜਾਣਨਾ ਚਾਹੁੰਦੀ ਹਾਂ ਔਰ ਮੈਂ ਇਹ ਵੀ ਦੇਖਾਂਗੀ ਅੱਜ ਕਿ ਇਹ ਦੋਨੋਂ ਇੱਕ ਦੂਜੇ ਨੂੰ ਕਿੰਨਾ ਜਾਣਦੇ ਔਰ ਤੁਸੀਂ ਵੀ ਦੇਖਣਾ ਤੇ ਮੈਚ ਬੜਾ ਰੋਮਾਂਚਕ ਮੋੜ ਦੇ ਆ ਵੈਰੀ ਗੁੱਡ ਹੈ ਵੈਰੀ ਗੁੱਡ ਪਛੇਤੀ ਭਾਈਆ ਕੀ ਲਿਖਿਆ ਸੁਣਦੇ ਹੋ ਨਹੀਂ ਮੈਂ ਨਹੀਂ ਸੁਣਨਾ ਮੈਂ ਤੈਨੂੰ ਅੱਜ ਘਰ ਲਾ ਕੇ ਜਾਣਾ ਤੇ ਰਾਤ ਨੂੰ ਮੋਟਾ ਅੱਜ ਅੱਜ ਹੋ ਗਈ ਨਾ ਮੋਟੀ ਉਹ ਦੇਖੀ ਉਹ ਕਿੰਨੀ ਸ਼ੌਕ ਹੋਈ ਸੀ ਕਹਿੰਦੀ ਮੈਂ ਪਹਿਲੀ ਨਹੀਂ ਦੇਖਿਆ ਸੀਗਾ ਸੋਨਾ ਦਾ ਤੇ ਮੇਰਾ ਟੈਸਟ ਹੋਣ ਲੱਗਾ ਕਿ ਆਪ ਦੋਨੋਂ ਮੇ ਸੇ ਸਬਸੇ ਜ਼ਿਆਦਾ ਸ਼ਾਪਿੰਗ ਲਵਰ ਕੌਣ ਹੈ रॉन्ग आंसर गाइस दूसरे को कौन मनाता अगर कोई गुस्सा हो जाता है अपना जेड़ा काम है यादू दा ओ कदों तो शुरू करना है ऐसा अगर किसी ने ऑर्डर करना मैं दाल दो ऑर्डर दे सकते हो सो हे गाइस वेलकम बैक टू चैनल आई होप तुसारे बहुत वधिया होगे हां जी हां जी आपा बहुत वधिया ਤੁਹਾਡੇ ਪਿਆਰ ਦੇ ਦੁਆ ਦੇ ਨਾਲ ਸੋ ਮੇਰੇ ਸੱਜਣ ਪਿਆਰੋ ਵੈਲਕਮ ਬੈਕ ਟੂ ਨਵੀਂ ਵੀਡੀਓ ਦੇ ਨਾਲ ਅੱਜ ਰਾਤੀ ਕਿੰਨਾ ਟਾਈਮ ਹੋ ਗਿਆ 8 ਵਜੇ ਲੱਗੀ ਹੈ ਤੇ ਆਪਾਂ ਜਾ ਰਹੇ ਹਾਂ ਹਵੇਲੀ ਜੋ ਕਿ ਫਗਵਾੜੇ ਤੋਂ ਪਿੱਛੇ ਹੈ ਮਤਲਬ ਹੈਗੇ ਤੇ ਜਲੰਧਰ ਦੇ ਵਿੱਚ ਹੀ ਹੈ ਤੇ ਮੈਂ ਡਾਲਰ ਸੋਨਾ ਤੇ ਦੀਦੀ ਜਾ ਰਹੇ ਹਾਂ ਉਧਰ ਤੇ ਇਹ ਸਾਰੀ ਜਿੱਦ ਹੈਗੀ ਦੀਦੀ ਦੀ ਬਿਲਕੁਲ ਕਿਉਂਕਿ ਗਾਇਸ ਕਿਉਂਕਿ ਯਾਰ ਦੇਖੋ ਇਹਨਾਂ ਨੇ ਆਣਾ 8 ਮਹੀਨਿਆਂ ਬਾਅਦ ਇੱਕ ਕਰੀ ਤੇ ਇਹਨਾਂ ਨੇ ਕਿਹਾ ਸਾਡਾ ਸਿਰ ਖਾਣਾ ਇੱਧਰ ਲਾਇਓ ਉੱਧਰ ਲਾਇਓ ਤਾਂ ਹੁਣ ਮੈਨੂੰ ਜਾਣਾ ਪੈ ਰਿਹਾ ਮਜਬੂਰੀ ਚ ਔਰ ਦੂਸਰੀ ਚੀਜ਼ ਹੈ ਮੇਰੇ ਜਾਣ ਦਾ ਇੱਕ ਸਭ ਤੋਂ ਵੱਡਾ ਰੀਜ਼ਨ ਹੈ ਕਿ ਮੈਂ ਯਾਦਵੀ ਤੇ ਅਨਮੋਲ ਨਾਲ ਬਹੁਤ ਜ਼ਿਆਦਾ ਟਾਈਮ ਸਪੈਂਡ ਕੀਤਾ ਲੇਕਿਨ ਮੈਂ ਸੋਨਾ ਨਾਲ ਔਰ ਅੰਕੂ ਦੇ ਨਾਲ ਐਜ਼ ਅ ਕਪਲ ਇਹਨਾਂ ਦੋਨਾਂ ਦੇ ਨਾਲ ਟਾਈਮ ਨਹੀਂ ਸਪੈਂਡ ਕੀਤਾ ਤੇ ਮੈਂ ਇਹਨਾਂ ਦੋਨਾਂ ਨੂੰ ਜਾਣਨਾ ਚਾਹੁੰਦੀ ਹਾਂ ਔਰ ਮੈਂ ਇਹ ਵੀ ਦੇਖਾਂਗੀ ਅੱਜ ਕਿ ਇਹ ਦੋਨੋਂ ਇੱਕ ਦੂਜੇ ਨੂੰ ਕਿੰਨਾ ਜਾਣਦੇ ਔਰ ਤੁਸੀਂ ਵੀ ਦੇਖਣਾ ਸੋ ਆਈ ਵਾਂਟ ਟੂ ਸਪੈਂਡ ਟਾਈਮ ਵਿਦ ਥੈਮ ਸੋ ਅਸੀਂ ਰਲ ਕੇ ਟਾਈਮ ਸਪੈਂਡ ਕਰਦੇ ਹਾਂ ਔਰ ਦੇਖਦੇ ਹਾਂ ਕਿ ਸਾਡੀ ਬੌਂਡਿੰਗ ਕਿੰਨੀ ਅੱਛੀ ਹੈ ਆਲਰੇਡੀ ਅੱਛੀ ਹੈ ਰੱਬ ਦੀ ਦੁਆ ਨਾਲ ਰੱਬ ਦੀ ਮਿਹਰ ਨਾਲ ਔਰ ਸਟਰੋਂਗ ਕਰਨ ਲਈ ਥੋੜਾ ਟਾਈਮ ਸਪੈਂਡ ਕਰਾਂਗੇ ਤਾਂ ਹੀ ਇੱਕ ਦੂਜੇ ਨੂੰ ਜਾਣਾਂਗੇ ਹਾਂ ਤੇ ਟਾਈਮ ਸਪੈਂਡ ਦੇ ਨਾਲ ਨਾਲ ਦੀਦੀ ਪਹਿਲਾਂ ਐਂਕਰਿੰਗ ਕਰਦੇ ਹੁੰਦੇ ਸੀਗੇ ਦੁਬਈ ਤੋਂ ਵਰ ਕਰਨ ਤੋਂ ਪਹਿਲਾਂ ਹਨ ਤੇ ਦੀਦੀ ਮਤਲਬ ਲਾਈਕ ਸਟੇਜ ਦੇ ਉੱਤੇ ਕਿਹੜੀ ਗੇਮ ਹੁੰਦੀ ਉਹ ਇੱਕ ਗੇਮ ਹੁੰਦੀ ਹੈ ਕਪਲ ਨੌਲੇਜ ਗੇਮ ਹੁੰਦੀ ਹੈ ਉਹ ਚ ਕਪਲਸ ਇੱਕ ਦੂਸਰੇ ਬਾਰੇ ਦੱਸਦੇ ਆ ਦੇਖਦੇ ਆ ਕਿ ਤੁਹਾਡੇ ਦੋਨਾਂ ਚ ਕਿੰਨੂੰ ਜ਼ਿਆਦਾ ਪਤਾ ਹੈ ਔਰ ਜਿਹਨੂੰ ਨਹੀਂ ਪਤਾ ਹੋਏਗਾ ਉਹਨੂੰ ਉਹਦਾ ਡੇਅਰ ਮਿਲੇਗਾ ਉਹਨੂੰ ਉਹ ਚੀਜ਼ ਖਾਣੀ ਪੈਂਦੀ ਹੈ ਜੋ ਉਹ ਬਿਲਕੁਲ ਲਾਈਕ ਨਹੀਂ ਕਰਦਾ ਅੱਛਾ ਇਹ ਵੀ ਸਿਸਟਮ ਹੁੰਦਾ ਹੈ ਯੈਸ ਸੋ ਗਾਇਸ ਰਾਤ ਦੇ ਵੱਜ ਚੁੱਕੇ ਆ 8 ਹੀ ਵਜੇ ਲੱਗਿਆ ਤੇ ਆਪਾਂ ਮੇਰੇ ਹਿਸਾਬ ਨਾਲ 8:30 ਵਜੇ ਤੱਕ ਉੱਥੇ ਪਹੁੰਚ ਜਾਾਂਗੇ ਫਿਲਹਾਲ ਆਪਾਂ ਚੌਰੇ ਹੀ ਜਾਣੇ ਵੇ ਚਾਰੋ ਸੋਰੀ ਤੂੰ ਲਿੰਕ ਬਦਲੋ ਵਜਾ ਬਦਲੋ ਹੀ ਕਰਦੇ ਰਿਹਾ ਕਰੋ ਤੇ ਫਿਲਹਾਲ ਮੰਮੀ ਯਾਦੂ ਅੰਸ਼ੂ ਹੈਗੇ ਘਰ ਤੇ ਆਪਾਂ ਹੈਗੇ ਆ ਚਾਰੋ ਘਰ ਤੋਂ ਬਾਹਰ ਤੇ ਹੁਣ ਆਪਾਂ ਫਟਾਫਟ ਜਾਈਏ ਤੇ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਘਰੋਂ ਦੀ ਜਿੱਦਾਂ ਤੁਹਾਨੂੰ ਪਤਾ ਆਪਾਂ ਨਿਕਲ ਗਏ ਸੀਗੇ ਤੇ ਅਚਾਨਕ ਹੀ ਕਾਫੀ ਦੀ ਕ੍ਰੇਵਿੰਗ ਹੋਈ ਤੇ ਆਪਾਂ ਆਪਣੇ ਪਰਸਨਲ ਅੱਡੇ ਤੇ ਆ ਗਏ ਜਿੱਥੇ ਆਪਾਂ ਹਮੇਸ਼ਾ ਆਨੇ ਆ ਮਾਰਨਿੰਗ ਇਵਨਿੰਗ ਤੇ ਜਦੋਂ ਮਨ ਕੀਤਾ ਤੇ ਇਥੋਂ ਜਿੱਦਾਂ ਹੀ ਆਪਾਂ ਫ੍ਰੀ ਹੁੰਨੇ ਨਾਲੇ ਸਿੱਧਾ ਤੁਹਾਨੂੰ ਹਵੇਲੀ ਜਾ ਕੇ ਮਿਲਦੇ ਆ ਸੋ ਗਾਇਸ ਦੀਦੀ ਦੇ ਬਦੌਲਤ ਜਿੱਦਾਂ ਮੈਂ ਤੁਹਾਨੂੰ ਪਤਾ ਜਿਮ ਤੇ ਗਿਆ ਨਹੀਂ ਅੱਜ ਤੇ ਫਿਰ ਮੈਂ ਪ੍ਰੋਟੀਨ ਬਾਰ ਲੈ ਲਈ ਆਪਣਾ ਪ੍ਰੋਟੀਨ ਕਵਰ ਕਰਨ ਲਈ ਥੈਂਕ ਯੂ ਦੀਦੀ ਥੈਂਕ ਯੂ ਮੇਰੇ ਲਈ ਯੂ ਆਰ ਵੈਲਕਮ ਔਰ ਸਾਡੀ ਕਾਫੀ ਕਾਫੀ ਆਂਦੀ ਵੀ ਹੈ bro ਜਦੋਂ ਹੀ ਕਾਫੀ ਆਂਦੀ ਹੈ ਦੈਨ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਸੋਚਿਆ ਸੀਗਾ ਤੁਹਾਨੂੰ ਹਵੇਲੀ ਜਾ ਕੇ ਮਿਲਾਂਗੇ ਪਰ ਤੁਹਾਡਾ ਅੱਡ ਰਹਿ ਨਹੀਂ ਸਕਦੇ ਬਾਰ ਬਾਰ ਮਿਲਣ ਦਾ ਮਨ ਕਰਦਾ ਜਦੋਂ ਹੀ ਕਾਫੀ ਆਂਦੀ ਫਿਰ ਤੁਹਾਨੂੰ ਮਿਲਦੇ ਆ ਉਹ ਭਰਾਵਾ ਜੇ ਇੱਥੇ ਹੀ ਖਾਣਾ ਪੀਣਾ ਵਾ ਤੇ ਫਿਰ ਆਪਾਂ ਹਵੇਲੀ ਕੀ ਕਰਨ ਚੱਲੇ ਕਿਉਂ ਜਿਹੜੀ ਕਾਫੀ ਤੁਸੀਂ ਦਿੱਤੀ ਹੈ ਨਾ ਲੋਕ ਜਿਮ ਜਾਣ ਤੋਂ ਪਹਿਲਾਂ ਪੀਂਦੇ ਆ ਪਤਾ ਮੈਨੂੰ ਐਰੀ ਕਾਫੀ ਦੱਦੇ ਹੁਣ ਨਹੀਂ ਜਾਣਾ ਇੱਥੇ ਤੇ ਖਾ ਪੀ ਲਿਆ ਵਾ ਜਾਣਾ ਚੱਲ ਉੱਥੇ ਕੀ ਕਰਨਾ ਜਾ ਕੇ ਭਰਾਵਾ 8 ਵੱਜ ਗਏ ਆ ਰਸਤੇ 'ਚ ਨਾਕਾ ਨੁਕਾ ਹੋ ਗਿਆ ਤੇ ਮੈਂ ਕੀ ਕਰਾਂਗਾ ਜਾ ਤੇਰੇ ਨਾਲ ਮੈਂ ਆ ਨਾ ਮੈਂ ਤੂੰ ਚਿੰਤਾ ਨਹੀਂ ਕਰਨਾ ਚਲੋ ਚਲਾਂ ਤੁਸੀਂ ਬੰਨਾ ਚਲੋ ਸੋ ਗਾਇਸ ਹਵੇਲੀ ਆਪਾਂ ਆ ਗਏ ਆ ਤੇ ਗੱਡੀ ਆਪਾਂ ਪਾਰਕ ਕਰਤੀ ਹੈ ਤੇ ਹੁਣ ਤੁਹਾਨੂੰ ਅੰਦਰੋਂ ਵੀ ਚੰਗੀ ਤਰ੍ਹਾਂ ਪਹਿਲਾਂ ਹਵੇਲੀ ਦਾ ਟੂਰ ਕਰਾ ਦਈਏ ਦੈਨ ਉਸ ਤੋਂ ਬਾਅਦ ਆਪਾਂ ਕੀ ਖਾਣੇ ਪੀਨੇ ਆ ਕੀ ਆਪਾਂ ਖੇਲਦੇ ਆ ਇੱਥੇ ਜੋ ਜੋ ਵੀ ਹੋਏਗਾ ਉਹਨਾਂ ਨੂੰ ਦਿਖਾ ਦਾਂਗੇ ਸੋ ਲੈਟਸ ਗੋ ਗੇਮਿੰਗ ਸੈਂਟਰ ਆਏ ਆ ਤੇ ਇੱਥੇ ਸੋਨਾ ਦਾ ਤੇ ਦੀਦੀ ਦਾ ਮੈਚ ਲੱਗਣ ਲੱਗਾ ਵਾ ਤੇ ਇੱਧਰ ਕੋਇਨ ਪੈ ਚੁੱਕਾ ਵਾ ਅੱਛਾ ਮੈਂ ਇੱਧਰ ਓਕੇ ਦੇਖਦਾ ਮੈਂ ਆਪਣੀ ਗੁੜੀਆ ਲਈ ਕੁਝ ਕੱਢਦਾ ਆ ਕਿ ਨਹੀਂ ਡਾਲਰ ਚੱਲ ਹਾਂ ਕਿ ਪਲੇਟ ਭਾਜੀ ਪਲੇਟ ਦੇ ਉੱਧਰ ਰੈਡੀ ਆਪਕਾ ਚੱਲ ਰਿਹਾ ਹੈ ਹਾਂ ਰੈਡੀ 1 2 3 ਨਿਕਲੂਗਾ ਕਿ ਨਹੀਂ ਦੋਵਾਂ ਦਾ ਨਹੀਂ ਨਿਕਲਿਆ ਦਿਖਾਲੇ ਕੋ ਰੇ ਬੇਕਾਰ ਹੁੰਦਾ ਵਾ ਮੰਨ ਲੈ ਗੱਲ ਸੋ ਗਾਇਸ ਇੱਥੇ ਦੀਦੀ ਦਾ ਤੇ ਸੋਨਾ ਦਾ ਮੈਚ ਸ਼ੁਰੂ ਹੋ ਗਿਆ ਵਾ ਤੁਸੀਂ ਦੇਖ ਸਕਦੇ ਹੋ ਵਾਓ ਸੋਨਾ ਦਾ 1 ਪੁਆਇੰਟ ਹੋ ਗਿਆ ਨਾ ਹਾਂ ਆਪ ਵੀ ਪਾਇਆ ਵੈਰੀ ਗੁੱਡ ਗਾਇਸ ਤੁਹਾਨੂੰ ਕੀ ਲੱਗਦਾ ਕੌਣ ਜਿੱਤੂਗਾ ਓਕੇ ਓਕੇ ਵੈਰੀ ਨਾਈਸ ਸੋਨਾ ਕਮ ਔਨ ਦੀਦੀ ਕਮ ਔਨ ਮੈਨੂੰ ਨਹੀਂ ਲੱਗਦਾ ਕੋਈ ਜਿੱਤੂਗਾ ਉਹ ਤਾਂ ਤਿਆਰ ਪਰ ਤਿਆਰ ਔਰ ਇਹ ਵੈਰੀ ਗੁੱਡ ਓ ਹੋ ਕੀ ਰਿਹਾ ਹੈ ਇਹ ਵਾਰੀ ਕਿਹਦੀ ਨਹੀਂ ਆ ਰਹੀ
ਓਏ ਕਿ ਡਲ ਡਲ ਗੱਡੀ ਮੈਂ ਨੀ ਚਲਾਣੀ ਓਹੋ ਓਏ ਦਾ ਆਪਣੇ ਆਪ ਹੀ ਚੱਲੀ ਜਾਂਦੀ ਅੱਛਾ ਏਦਾਂ ਚੱਲਦੀ ਵੀ ਓਕੇ ਓਕੇ ਇਹਨਾਂ ਨੂੰ ਮੈਂ ਦੱਸਦਾ ਵੇ ਮੈਂ ਚੱਲ ਚੱਲ ਜਾਣ ਦੇ ਵੇ ਨਾਈਸ ਰੇਸ ਕਿੱਥੋਂ ਦੀ ਪੈਣੀ ਅੱਛਾ ਦੂਜਾ ਗੇਅਰ ਓਕੇ ਓ ਜਿੱਦਾਂਗਾ ਮੈਂ ਕਿ ਨਹੀਂ ਤੀਜਾ ਗੇਅਰ ਮੇਰੀ ਗੱਡੀ ਦੀ ਸਪੀਡ ਦੇਖੋ ਗਾਈਸ ਓਏ ਹੋਏ 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 ਓਏ ਤੇਰੀ 172 ਆ ਲੈ ਯਾਰ ਇਹ ਤਾਂ ਗੇਮ ਹੀ ਬੜੀ ਫੁੱਦੂ ਆ ਯਾਰ ਮੈਂ ਟੱਕਰਾਂ ਮਾਰਦਾ ਵਾਂ ਓਕੇ ਗਾਈਸ ਐਮ ਵਿਜੇਤਾ ਓਕੇ ਯਾਰ ਬਸ ਯਾਰ ਮੈਂ ਨਹੀਂ ਗਈ ਵਾਰੀ ਤੂੰ ਖੇਲ ਇੱਧਰ ਕੀ ਸਿਸਟਮ ਹੋਇਆ ਪਿਆ ਸੋਨਾ ਚਾਰ ਸੋਨਾ ਵੈਰੀ ਗੁੱਡ ਓਏ ਮੈਨੂੰ ਮਾਣ ਆ ਤੇਰੇ ਤੇ ਦੇਖਣਾ ਬੰਦ ਹੀ ਹੋਣਾ ਦੀਦੀ ਜਦੋਂ ਹਰਨਾ ਵਾ ਦੇ ਦੇ ਇੱਥੇ ਨਹੀਂ ਮੈਂ ਖੇਲਦਾ ਵਾ ਸੋ ਗਾਈਸ ਇੱਥੇ ਮੈਚ ਬੜਾ ਰੋਮਾਂਚਕ ਮੋੜ ਤੇ ਆ 5 ਪੁਆਇੰਟ ਹੈਗੇ ਸੋਨਾ ਦੇ 4 ਪੁਆਇੰਟ ਹੋ ਗਏ ਦੀਦੀ ਦੇ ਤੇ ਐਸੇ ਕੰਮ ਔਖਾ ਹੀ ਲੱਗਦਾ ਪਿਆ ਸੋਨਾ ਕਰਦੇ ਕੁਛ ਓਏ ਓਏ ਵੈਸੇ ਤਾਂ ਆਪਾਂ ਗੇਮਾਂ ਖੇਲੀ ਐ ਵੀ ਗੇਮ ਖੇਲ ਲਈ ਉਹ ਵੀ ਖੇਲ ਲਈ ਐ ਕੀ ਕਰਨ ਲੱਗਾ ਮਾਨੂੰ ਉਹ ਵੈਰੀ ਗੁੱਡ ਹੈ ਵੈਰੀ ਗੁੱਡ ਓਏ ਹੱਥ ਚ ਪਕੜਾ ਤੂਨੇ ਇਹਨਾਂ ਦਾ ਨਹੀਂ ਕੁਝ ਹੋਣਾ ਮੇਰੇ ਹਿਸਾਬ ਨਾਲ ਆਪੇ ਬਾਬਾ ਜਾਓ ਯਾਰ ਵੈਰੀ ਗੁੱਡ ਰੁਕ ਜਾ ਕੀ ਹੋਇਆ ਤੂੰ ਤਾਂ ਬਹੁਤ ਕਾਲੀ ਹੈ ਰੁਕ ਜਾ ਮੈਂ ਖੇਲਦਾ ਵਾ ਸੋ ਗਾਈਜ਼ ਉਧਰ ਉਹ ਦੋਵੇਂ ਭੈਣ ਭਰਾ ਇੱਥੇ ਮੈਂ ਹਸਬੈਂਡ ਵਾਈ ਚਲੋ ਸਾਰੇ ਮਰਦਾਂ ਨਾਲ ਖੇਲਣਾ ਆਇਆ ਵੱਡਾ ਜਾ ਸੋਨਾ ਬੇਇੱਜ਼ਤੀ ਕਰਾ ਦੀ ਮੇਰੀ ਹਾਂ ਹਾਂ ਮੈਨੇ ਮੈਂ ਖੇਲਣਾ ਸੋਨਾ ਬਸ ਕਰ ਬਸ ਕਰ ਸੋ ਗਾਈਜ਼ ਇੱਥੇ ਹਾਰ ਨੂੰ ਮਨਜ਼ੂਰ ਕਰਦੇ ਕੋਈ ਗੱਲ ਨਹੀਂ ਹੈਗੀ ਇੱਕ ਪੁਆਇੰਟ ਤੋਂ ਰਹਿ ਜ਼ਿਆਦਾ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਆਪਾਂ ਚੱਲਦੇ ਹਾਂ ਹਵੇਲੀ ਦੇ ਅੰਦਰ ਸੋ ਗਾਈਜ਼ ਆਪਾਂ ਅੰਦਰ ਚੱਲੇ ਹਾਂ ਇੱਥੇ ਮਤਲਬ ਪ੍ਰੋਪਰ ਅੰਦਰ ਪੰਜਾਬੀ ਕਲਚਰ ਆ ਸਾਡਾ ਸੋ ਅੰਦਰ ਜਾਂਦੇ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਹਾਂ ਬਾਕੀ ਅੰਦਰ ਮਿਊਜ਼ਿਕ ਵਗੈਰਾ ਵੀ ਚੱਲ ਰਿਹਾ ਹੋਣਾ ਵਾ ਇਸ ਕਰਕੇ ਤੁਸੀਂ ਬਸ ਨੋਰਮਲ ਸ਼ੋਰਟਸ ਦੇਖ ਲਓ ਅਤੇ ਦੈਨ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਟਿਕਟ ਕਿੰਨੇ ਰੁਪਏ ਦੀ ਇੱਕ ਬੰਦੇ ਦੀ 990 ਹਜ਼ਾਰ ਰੁਪਏ ਦੀ ਅਤੇ ਹੁਣ ਤੁਹਾਨੂੰ ਮੈਂ ਪ੍ਰੋਪਰ ਤੁਹਾਨੂੰ ਅੰਦਰ ਲਾ ਜਿੰਨਾ ਵੀ ਪੰਜਾਬੀ ਕਲਚਰ ਆ ਸਾਡਾ ਏ ਟੂ ਜ਼ੈਡ ਤੁਹਾਨੂੰ ਦਿਖਾਉਂਦੇ ਹਾਂ ਆਂਟੀ ਕਿੱਦਾਂ ਠੀਕ ਹੋ ਪੇੜੇ ਪਏ ਨੇ ਦੋ ਫੁਲਕੇ ਮੇਨਲੀ ਵੀ ਲਈਓ ਮੇਲੇ ਚਾਰ ਜਾਂ ਕੋ ਕੰਚੇ ਕੇ ਅੰਕੋ ਇਹਨਾਂ ਕੰਚੇ ਕੇ ਅੰਕੋ ਕੰਚੇ ਕੇ ਲਿਆ ਯਾਰ ਅਨੂ ਰਾ ਦੇ ਇਹਨੂੰ ਰਾ ਦੇ ਟੈਨ ਕੰਮ ਕਰ ਲਓ ਅਸਲੀ ਬੰਦਾ ਖੜਾ ਵਾ ਮੈਨੂੰ 2 ਮਿੰਟ ਨੀ ਲੱਗਾ ਯਾਰ ਸੋ ਲੱਗੇ ਬਾਈ ਸਟੈਚੂ ਲੱਗਾ ਸੀ ਯਾਰ 2 ਮਿੰਟ ਨੀ ਜਦੋਂ ਦੇਖੋ ਅੰਦਰ ਸਟੈਚੂ ਨਾ ਗਾਈਜ਼ ਇਸ ਕਰਕੇ ਭੁਲੇਖ ਜਾ ਜਾ ਯਾਰ ਗਾਈਜ਼ ਨਵਾਂ ਮਾਡਲ ਨਿਕਲਿਆ ਫੋਰਚੂਨਰ ਦਾ ਅਗਰ ਕਿਸੇ ਨੂੰ ਚਾਹੀਦਾ ਫੋਰ ਸ਼ੋਰ ਜਲਦੀ ਤੋਂ ਜਲਦੀ ਨਹੀਂ ਨਹੀਂ ਚਲਾ ਤੂੰ ਮੈਂ ਨਹੀਂ ਚਲਾਉਣੀ ਗਾਈਜ਼ ਡਾਲਰ ਬਸ ਇਹੀ ਗੱਡੀ ਚਲਾ ਸਕਦਾ ਕਿਉਂਕਿ ਅਸਲੀ ਤਾਂ ਇਹਨੂੰ ਆਉਂਦੀ ਨਹੀਂ ਹੈਗੀ ਚੱਲ ਸਿੱਧਾ ਹੁਣ ਦਿੱਲੀ ਗਾਈਜ਼ ਇਹਦਾ ਸਟੈਪੂ ਹੈ ਗਾਈਜ਼ ਇਹਨੂੰ ਦੇਖ ਕੇ ਨਾ ਮੈਨੂੰ ਪਿੰਡ ਦੀ ਯਾਦ ਆ ਗਈ ਕਿਉਂਕਿ ਜਦੋਂ ਮੈਂ ਨਿੱਕਾ ਹੁੰਦਾ ਸੀ ਨਾ ਤੇ ਉਦੋਂ ਮਤਲਬ ਮੰਮੀ ਮੈਨੂੰ ਇਹਦੇ ਤੇ ਹੀ ਛੱਡ ਕੇ ਆਉਂਦੇ ਜਦੋਂ ਆਪਾਂ ਪਿੰਡ ਪੁੰਡ ਵੀ ਜਾਣਾ ਅੱਗੋ ਕਿਤੋਂ ਨਾਨੀ ਹੋਣਾ ਦੇ ਜਾਣਾ ਹੁੰਦਾ ਸੀ ਨਾ ਉਦੋਂ ਆਪਾਂ ਇੱਥੇ ਹੀ ਜਾਂਦੇ ਹੁੰਦੇ ਸੀਗੇ ਸੋ ਏਦਾਂ ਜਿੱਦਾਂ ਮਤਲਬ ਪੁਰਾਣੇ ਜ਼ਮਾਨੇ 'ਚ ਫਿਲਮਾਂ ਵਗੈਰਾ ਨਹੀਂ ਦੇਖਦੇ ਉਹ ਸਿਸਟਮ ਬੱਚੇ ਵਗੈਰਾ ਪੇਰੈਂਟਸ ਸਾਨੂੰ ਸਾਨੂੰ ਸੁਣਨ ਦੇ
ਹਲਕਾ ਹੋਣਾ ਹਲਕਾ ਨਾ ਭਾਈ ਬੱਚਿਆਂ ਵਾਸਤੇ ਦੇਖ ਯਾਰ ਡਾਲਰ ਮੈਂ ਲੰਬਾ ਹੋ ਗਿਆ ਯਾਰ ਇਧਰ ਉਧਰ ਮੈਂ ਮੋਟਾ ਹੋਣਾ ਆ ਸਹੀ ਹੈ ਯਾਰ ਇੱਥੇ ਹੋਰ ਵੀ ਹੋਣੇ ਆ ਹਾਂ ਨਹੀਂ ਅੰਕਲ ਸਵੈਟਰ ਨਾ ਰਿਹਾ हाँ ठीक है हाँ डिग जो डिग जो वेरी गुड आप प्रॉपर घूम फिर के आ रहे थे इधर स्टेप खेडे जा रहे हैं 1 2 3 4 5 ओके यस ओना तू खेड मैं तेन कदे खेलिया नहीं देखा तो गई हूँ स्टेप खेडन लगी है सोना और तू हील भाई नंगे पैर ही हो जा डिग जाएगी चलो 1 1 1 पैर से एक डब्बा ओए एक कौन आ गया कदी ना कूदी कदी ना कूदी चल 1 2 3 4 5 घूम जा 6 7 8 9 10 ओके गाइस सोना जाएगी गाइस 5 करोड़ हाँ पतंगड़ा और नहीं मेनू तो नहीं आता सो गाइस उधरली पासे पता नहीं की सिस्टम है बाकी काफी हद तक आप अंदर घूम लिया वा बाकी एक बारी तुसी सारे भी देख लो पछेती भैया है की लेके आई है इंजन ते जाना पड़ा सानू हैगा नहीं कुछ नहीं सो गाइस मिलते हैं ਪਾਪਾ ਜੀ ਦੀ ਏਜ ਕਿੰਨੀ ਤੁਹਾਡੀ ਉਮਰ ਕਿੰਨੀ ਤੁਹਾਡੀ ਓਏ ਉਮਰਾਂ ਦਾ ਕੋਈ ਚੱਕਾ ਨਹੀਂ ਕੋ ਨਾ ਉਹਦਾ ਕੋ ਚਲਾ ਹੋਇਆ ਫਿਰ ਵੀ ਜਿਸ ਦਾ ਸਾਹਿਬ ਡਾਡਾ ਹੋਏ ਉਹਨੂੰ ਮਾਰ ਨਾ ਸਕੇ ਕੋਈ ਓਏ ਆ ਕੀ ਬਾਤ ਹੈ ਦੇਖੋ ਯਾਰ ਇਸ ਉਮਰ ਦੇ ਵਿੱਚ ਵੀ ਪਾਪਾ ਜੀ ਕਿੰਨੀ ਮਿਹਨਤ ਕਰਦੇ ਵੇ 73 74 ਸਾਲ ਦੇ ਰਹਿ ਗਿਆ ਤਾਂ ਰਹਿ ਗਿਆ ਨਹੀਂ 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 ਤੁਹਾਨੂੰ ਰੱਬ ਲੰਬੀਆਂ ਉਮਰਾਂ ਬਖਸ਼ੇ ਮਾਰਾ ਨੇ ਕਿਹਾ ਕਿੱਤ ਕਰਨੀ ਨਾਮ ਜਪਣਾ ਬੰਨ ਕੇ ਛਕਣਾ ਕੀ ਬਾਤ ਸੋ ਗਾਇਸ जिस चीज का तुम बेसबरी के इंतजार सोना का मेरा टेस्ट होने लगा कि आप एक दूजे कि प्यार कर एक दूजे बारे कि दीदी एंकर जिन्होंने नहीं पता भी करती हैं 4 साल पहले टेस्ट होने लगा मतलब कि इतने सारे मतलब देखो आप अंदर डिनर करना है तो दीदी कहते पहला टेस्ट होगा उस तो बाद रोटी मिलेगी सो साड़ी पनिशमेंट साढ़े सामने रखती है जो गलत आंसर दूंगा उन्होंने अचार खाना पड़ेगा तो दीदी करेंगे शूट सो ओके गाइस कैमरा मेरे हाथ में आ चुका है और अब बारी है इन दोनों के टेस्ट की तो अब मैं इन दोनों से एक एक क्वेश्चन करूंगी अगर इनका क्वेश्चन एक दूसरे से मिसमैच तो इनको खाना पड़ेगा अच्छा एक पूरा चम्मच भर के अच्छा ओके पहला क्वेश्चन आप दोनों में से सबसे ज्यादा शॉपिंग लवर कौन है रॉन्ग आंसर गाइस प्लीज गो अहेड दोनों को खाना पड़ेगा ब्रो खाओ खाओ भर के चम्मच भर के अच्छा मैं नहीं हूँ शॉपिंग लवर खा लो खा लो चूज करके नहीं खाना जो हाथ में आएगा वही खाना है ओके नेक्स्ट क्वेश्चन आप दोनों में से सबसे ज्यादा गुस्सा किसको आता है राइट आंसर ब्रो ये चेहरे को सबसे ज्यादा गुस्सा आता है आप दोनों में से सबसे ज्यादा
घूमना किसको पसंद है? वैसे हम दोनों ही होमली पर्सन हैं। बट रॉन्ग आंसर, उसने तो अपना आंसर दे दिया, आपने दोनों का दिया तो आपको खाना पड़ेगा। इसके अकॉर्डिंग तो इसको सबसे ज्यादा घूमना पसंद है। खाओ। सॉरी। कहाँ घूमने जाते हो आप? मतलब उतना नहीं जाना पर घूमना फिरना गेड़ी लाना पसंद है ना। अच्छा चल 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 खाओ खाओ झूठे नंबर खाओ। ओके नेक्स्ट क्वेश्चन, आप दोनों को कौन सी कंट्री इंडिया के अलावा सबसे ज्यादा पसंद है? मैं ऑप्शन दूंगी, उसमें से आपको एक बताना जो आपकी कॉमन है। ओके, यूके, यूएसए एंड यूरोप। यूएसए, हाथ खड़े करने हैं आपको, हाथ खड़ा करना है। यूके, यूरोप। ओह, ही सेड यूरोप आल्सो, यूरोप कॉन्टिनेंट, बट दोनों का मैच कर रहे हैं। यूके कर गए, यूके था खड़ा करता है तू। हां 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 यस यस यस। नो, यूके इज इंग्लैंड, यूके इज इंग्लैंड, यूरोप इज लंदन। यूके में आता है, यूके लंदन में नहीं आता। नहीं, यूरोप, यूरोप, यूरोपियन कंट्रीज एंड यूरोप से अलग हुआ। अपन भारतीयां पर लड़देगा तो भी अपन नु इंडिया पसंद है। रंगला पंजाब किन्नु पसंद है? रंगला पंजाब किन्नु पसंद है? मेनू। ओके नेक्स्ट क्वेश्चन, ये क्वेश्चन मैं ये जानना चाहती हूँ कि आप दोनों में से सबसे ज्यादा फूड लवर कौन है? फूडी। ओके और आप दोनों में से सबसे ज्यादा एक दूसरे को कौन मनाता है अगर कोई गुस्सा हो जाता है? ओह सो स्वीट, सो स्वीट। आप दोनों को जब आप दोनों अकेले होते हो, आप दोनों को ओ गवाही ओके ऑलराइट, आपकी जनता आपको जानने की कोशिश कर रही है इन क्वेश्चंस के जरिए। ओके नेक्स्ट क्वेश्चन, आप दोनों को अगर हम टास्क दें एक दूसरे की आंखों में आंखें डाल के बैठना है तो देखते हैं कौन जीता। ये आपका लास्ट क्वेश्चन है, आपको देखना है एक दूसरे को। यस, ओके योर टाइम। नो, अभी हम सामने देखेंगे लाइव मैच, आंखों में आंखें डालना। कम ऑन गाइस, योर टाइम स्टार्ट नाउ। है ना, हार जाना भाई। पलके झपकानी है, पलके झपकी तो आउट। वो तो फिर मैं हारना वा, ओदा जे देख के शर्माना वा, ओए शर्मा नहीं नहीं। हां केन चुकई, एनी चुकई है, यस। सो मैं हार गया वा यार, प्यार च की हार ते की जीत। ब्रावो, राइट। सो ये थे इन दोनों की प्यार भरी नॉक जोक और एक दूसरे को व्याद तू ही करनी है एंकरिंग। ब्रो एक कैन दी गाली नहीं है। ओके गाइस, तो आई होप कि आपने इन दोनों को थोड़ा सा जाना होगा और भी जानेंगे अगले ब्लॉग। हियर वी गो विद द डिनर रोटी। सो गाइस, डॉलर तो बेशर्मा वांगू रोटी खान लग पे वा, हुन अपन भी फटाफट अपनी रोटी खाइए। ये प्लेट की नहीं है भी, ये रोटी वगैरह खा लिए फिर तुम्हें मिलते हैं। सो गाइस, रोटी वगैरह खा के अब आ गए वापस अपने घर ते इथे गरीबा लिए बले गए हैं। एक ए छो अंशु लड्डू दा प्लीज, ते एक यादू दा, मतलब यादू दा, अंशु दा, मम्मी दा, सारे दा बले गए हैं। मरीन ते मम्मी खेलदे पे गुड़ियां ना। ते मम्मी एक बारी सारे नु फिर तो दस दो कि तुसी अपना जेड़ा काम है यादू दा ओ कदों तों शुरू करना वा, मेरे बर्थडे तों बाद या हफ्ते तक? हफ्ते तक गाइस काम होए। वैसे अगर किसी ने ऑर्डर करना मैं दस दो, ऑर्डर दे सकदे हो। गर्लिश दे विच तुसी जो जो भी मतलब कपड़े वेयर करना चाहंदे हो ओदा तुसी ऑर्डर प्लेस कर सकदे हो। ब्रांड बेस्ट अंशु का, ठीक है? अंशु सारे सूट पा के दिखाऊंगा। ओ भरावा एने शुरू करता ना, दे ज्यादा सीरियस होड़े है। कल ना तू ऊपर रूम दी डेकोरेशन जो पाइपा शाइपा लवानी है लगवा ले, हैंगर्स वगैरह ले आ। ठीक है। सो गाइस, रंगला पंजाब आबा देख के सानू आया बहुत ज्यादा मजा, ते इथे साडा लड्डू भी आ चुका। अरे मियां यार, मेरे को तो खेलने दो प्लीज। सो आई होप तुम सारे अज की वीडियो वधिया लगी, जो वधिया लगी डू लाइक मैं शेयर। मिलता था नेक्स्ट वीडियो विच, बाय बाय, टेक केयर, लव यू मेरे सज्जन प्यारे। लोग नए हो तो सब्सक्राइब करो, वो जो लाल वाला बटन है उस पर फूट फेंक के मारो या फिर मोमबत्ती, मुझे नहीं पता, बस क्लिक हो जाना चाहिए। अब मैं भी जा रहा हूँ, मुझे पैसों के पीछे भागना है। बाय।